ਪਰ ਤੁਸੀਂ ਤਾਂ ਆਮ ਆਦਮੀ ਪਾਰਟੀ ਤੋਂ, ਅਗਰ ਤੁਹਾਨੂੰ ਪਾਰਟੀ ਚੋਣ ਪ੍ਰਚਾਰ ਕਰਨ ਕਹੇਗੀ ਤੇ ਫੇਰ ਤੁਸੀਂ ਕਿਵੇਂ ਜਾਓਗੇ? ਅਸੀਂ ਕੋਈ ਚੋਣ ਪ੍ਰਚਾਰ ਅੱਗੇ ਨਾ ਕੀਤਾ ਨਾ ਕਰਨਾ। ਫਿਲਹਾਲ ਅਗਰ ਗੱਲ ਕੀਤੀ ਜਾਵੇ ਤੇ, ਕਿਉਂਕਿ ਪੰਜਾਬ ਦੇ ਹਾਲਾਤ ਤੁਸੀਂ ਖੁਦ ਦੱਸੇ ਨੇ ਕਿ ਜਲੰਧਰ ਜਿਹੜਾ ਇਸ ਵੇਲੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ, ਲੇਕਿਨ ਹੁਣ ਜਿਹੜਾ ਤੁਸੀਂ ਚੋਣ ਮਨੋਰਥ ਪੱਤਰ ਲੋਕਾਂ ਦਾ ਜਾਰੀ ਕੀਤਾ ਹੈਗਾ ਆ, ਉਹਦੇ ਵਿੱਚ ਸਾਰੀ ਪੋਲੀਟੀਕਲ ਪਾਰਟੀ ਇਨਕਲੂਡ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਹੋ ਰਿਹਾ, ਤੇ ਅਗਰ ਇਸ ਦੌਰਾਨ ਜਿਹੜੇ ਕੈਂਡੀਡੇਟ ਵੋਟਾਂ ਲੈਣ ਆਣਗੇ ਤੇ ਉਹਨਾਂ ਤੋਂ ਕੀ ਤੁਸੀਂ ਫਾਰਮ ਭਰਵਾਓਗੇ? ਹਾਂ, ਅਸੀਂ ਪੁੱਛਾਂਗੇ ਸਾਡੇ ਕੋਲ ਜਿਹੜਾ ਵੀ ਆਊਗਾ, ਕਿਉਂਕਿ ਸਾਡੀ ਵੀ ਵੋਟ ਬਣੀ ਹੋਈ ਹੈ, ਤੇ ਉਹਨਾਂ ਨੂੰ ਇਹ ਜਿਹੜਾ ਜੋ ਕੁਛ ਅਸੀਂ ਕੁਐਸਚਨ ਕੀਤੇ ਆ ਇਹਦੇ ਉੱਤੇ ਜਿਹੜਾ ਹੈਗਾ, ਪੋਲੀਟੀਕਲ ਪਾਰਟੀਆਂ ਕੋਈ ਵੀ ਆਉਂਦੀਆਂ ਤੇ ਅਸੀਂ ਉਹਨਾਂ ਕੋਈ ਕੁਐਸਚਨ ਰੱਖਾਂਗੇ ਕਿ ਇਹ ਜਿਹੜੀ ਇਹਦੇ ਉੱਤੇ ਲੋਕ ਚਾਹੁੰਦੇ ਆ ਕਿ ਇਹ ਜਿਹੜਾ ਸਾਨੂੰ ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਖੁਰਾਕ ਮਿਲੇ। ਪਰ ਤੁਸੀਂ ਤਾਂ ਆਮ ਆਦਮੀ ਪਾਰਟੀ ਤੋਂ, ਅਗਰ ਤੁਹਾਨੂੰ ਪਾਰਟੀ ਚੋਣ ਪ੍ਰਚਾਰ ਕਰਨ ਕਹੇਗੀ ਤੇ ਫੇਰ ਤੁਸੀਂ ਕਿਵੇਂ ਜਾਓਗੇ? ਅਸੀਂ ਕੋਈ ਚੋਣ ਪ੍ਰਚਾਰ ਅੱਗੇ ਨਾ ਕੀਤਾ ਨਾ ਕਰਨਾ, ਕਿਉਂਕਿ ਸਾਡਾ ਇਨਵਾਇਰਮੈਂਟ ਦਾ ਇਸ਼ੂ ਆ, ਇਹਨੂੰ ਲੈ ਕੇ ਅਸੀਂ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਦਾ, ਇਹਨਾਂ ਨੇ ਸਾਨੂੰ ਇਨਵਾਇਰਮੈਂਟ ਦੇ ਇਸ ਕੰਮ ਦੇ ਉੱਤੇ ਹੀ ਰਾਜ ਸਭਾ 'ਚ ਭੇਜਿਆ ਤੇ ਅਸੀਂ ਇਹਦੇ ਉੱਤੇ ਹੀ ਕੰਮ ਕਰਦੇ ਹਾਂ ਤੇ ਕਰਦੇ ਰਹਾਂਗੇ। ਸੀਐਮ ਸਾਹਿਬ ਕਹਿ ਰਹੇ ਨੇ ਕਿ ਸਾਡੀ ਜਿਹੜੀ ਪਾਰਟੀ ਇਮਾਨਦਾਰ ਪਾਰਟੀ ਹੈ, ਠੀਕ ਹੈ, ਲੇਕਿਨ ਕਈ ਜਗ੍ਹਾ ਤੋਂ ਇਸ ਤਰ੍ਹਾਂ ਦੀ ਜਿਹੜੀ ਮੀਡੀਆ ਰਿਪੋਰਟ ਸਾਹਮਣੇ ਆਉਂਦੀ ਹੈ ਕਿ ਜਿੱਥੇ ਜਿਹੜੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਚਾਹੇ ਉਹ ਦਰਿਆ ਨੇ ਚਾਹੇ ਉਹ ਖੱਡਾਂ ਨੇ, ਲੇਕਿਨ ਉਹਦੇ ਵਿੱਚ ਕਹਿੰਦੇ ਕਿ ਇਨਵੋਲਵਮੈਂਟ ਜਿਹੜੀ ਹੁੰਦੀ ਹੈ ਉਹ ਪਾਰਟੀ ਦੇ ਨਾਲ ਕਈ ਲੋਕਾਂ ਦੀ ਹੁੰਦੀ ਹੈ। ਕੋਈ ਵੀ ਜਿਹੜਾ ਕਰਦਾ ਵਾ ਗਲਤ ਕੰਮ ਜਿਹੜਾ ਕਰਦਾ ਉਹ ਗਲਤ ਹੀ ਹੁੰਦਾ, ਨਹੀਂ ਹੋਣਾ ਚਾਹੀਦਾ। ਤੇ ਗੱਲ ਕੀਤੀ ਜਾਵੇ ਇੱਕ ਸ਼ਰਾਬ ਨੀਤੀ ਘੁਟਾਲੇ ਨੂੰ ਲੈ ਕੇ, ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਕੋਰਟ ਨੇ ਜਿਹੜਾ ਜੇਲ੍ਹ ਭੇਜ ਦਿੱਤਾ ਸੀਗਾ, ਅੱਜ ਸੀਐਮ ਸਾਹਿਬ ਮੁਲਾਕਾਤ ਵੀ ਕਰਕੇ ਆਏ ਨੇ ਉਹਨਾਂ ਦੇ ਨਾਲ, ਕਿੱਥੇ ਤੱਕ ਦੇਖਦੇ ਨੇ ਕਿ ਜਿਹੜਾ ਈਡੀ ਵੱਲੋਂ ਜਿਹੜਾ ਉਹਨਾਂ ਤੇ ਸ਼ਿਕੰਜਾ ਕੱਸਿਆ ਗਿਆ ਹੈਗਾ ਆ ਉਹ ਜਾਇਜ਼ ਹੈ? ਇਹ ਆ ਨਾ ਕਿ ਜੋ ਕੁਛ ਹਜੇ ਤੱਕ ਅਖਬਾਰਾਂ ਰਾਹੀਂ ਅਸੀਂ ਸੁਣਦੇ ਹਾਂ ਕਿ 5 ਪੈਸੇ ਵੀ ਕਿਸੇ ਦੇ ਕੋਲ ਫੜਨੀ ਹੋਏ, ਕੀ ਹੋਇਆ ਉਹਦੇ ਵਾਸਤੇ, ਕੀ ਟੈਕਨੀਕਲੀ ਕਾਰਨ ਆ, ਕਿਉਂ ਉਹਨਾਂ ਨੂੰ ਅਰੈਸਟ ਕੀਤਾ, ਬਹੁਤਾ ਤੇ ਹੈ ਕਿ ਜਿਹੜੇ ਜਿੰਨੀਆਂ ਵੀ ਸਰਕਾਰੀ ਏਜੰਸੀਆਂ ਜਿਹਦੇ ਕੋਲ ਵੀ ਸਦਾ ਹੁੰਦੀ ਉਹਨਾਂ ਦਾ ਮਿਸਯੂਜ ਹੁੰਦਾ, ਕਿਉਂਕਿ ਸੱਤਾ ਪਕਸ਼ ਦਾ ਤਾਂ ਕੋਈ ਜਿਹੜਾ ਹੈਗਾ ਕਿਸੇ ਬੰਦੇ ਕੁਛ ਨਹੀਂ ਦਿੱਤਾ, ਜਿਹੜਾ ਹੈਗਾ ਕਿ ਉਧਰਲੇ ਬੰਨੇ ਭਾਵੇਂ ਕੋਈ ਅਪਰਾਧ ਕਰਕੇ ਵੀ ਚਲ ਜਾਓ ਸਾਫ਼ ਹੋ ਜਾਂਦਾ। ਸੋ ਇਹ ਜਿਹੜਾ ਹੈਗਾ ਪੋਲੀਟੀਕਲ ਜਿਹੜੀ ਹੈਗੀ ਆ ਦੂਸਰੇ ਨੂੰ ਦਬਾਉਣ ਵਾਸਤੇ ਵੀ ਜਿਹੜਾ ਹੈਗਾ ਕਿ ਇਹ ਕੰਮ ਜਿਹੜੇ ਹੈਗੇ ਕੀਤੇ ਜਾ ਰਹੇ। ਪਰ ਪਾਰਟੀ ਵੱਲੋਂ ਕਿਉਂਕਿ ਇੱਕ ਆਦੇਸ਼ ਵੀ ਜਾਰੀ ਕੀਤਾ ਗਿਆ ਸੀ ਕਿ ਜਿੰਨੇ ਵੀ MLAs ਨੇ, ਜਿੰਨੇ ਲੀਡਰਸ ਨੇ, ਜਿੰਨੇ ਰਾਜ ਸਭਾ ਮੈਂਬਰ ਨੇ, ਉਹ ਜਿਹੜੇ ਆਪਣੇ ਜਿਹੜੇ ਟਵਿੱਟਰ ਹੈਂਡਲ ਨੇ, ਫੇਸਬੁੱਕ, ਸੋਸ਼ਲ ਮੀਡੀਆ ਨੇ, ਉਹਨਾਂ ਤੇ ਜਿਹੜੀ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਵਾਲੀ ਤਸਵੀਰ ਲਗਾਉਣ, ਲੇਕਿਨ ਉਹ ਤਸਵੀਰ ਕੁਝ ਰਾਜ ਸਭਾ ਮੈਂਬਰ 'ਚ ਨਜ਼ਰ ਨਹੀਂ ਆਈ ਉਹਨਾਂ ਦੇ ਫੇਸਬੁੱਕ, ਟਵਿੱਟਰ ਤੇ ਜਾਂ ਸੋਸ਼ਲ ਮੀਡੀਆ ਤੇ। ਤੁਹਾਡਾ ਵੀ ਅਗਰ ਸਾਡਾ ਆਪਣਾ ਜਿਹੜਾ ਹੈਗਾ ਉਹੀ ਹੈ, ਅਸੀਂ ਫੇਸ ਵਾਰ ਵਾਰ ਨਹੀਂ ਬਦਲਦੇ, ਜਿਹੜਾ ਲੱਗਾ ਹੋਇਆ ਉਹਦੇ ਵਾਸਤੇ ਅਸੀਂ ਪਹਿਲਾਂ ਹੀ ਜਿਹੜਾ ਹੈਗਾ ਸਾਰਾ ਕੁਝ ਦੱਸਿਆ। ਅਗਰ ਪਾਰਟੀ ਕਹਿੰਦੀ ਹੈ ਤੇ ਪਾਰਟੀ ਦੇ ਕੀ ਨਹੀਂ, ਐਂ ਥੋੜਾ ਕਿ ਜਿਹੜਾ ਹੈਗਾ ਕੋਈ ਵੀ ਜਿਹੜਾ ਅਸੀਂ ਇੱਕ ਧਾਰਮਿਕ ਜਿਹੜੇ ਹੈਗੇ ਆ ਸੰਸਥਾ ਦੇ ਨਾਲ ਕੰਮ ਕਰਦੇ ਆ, ਇਸ ਵਾਸਤੇ ਨਾ ਸਾਡਾ ਕੋਈ ਪੋਲੀਟੀਕਲ ਜਿਹੜਾ ਮੋਟਿਵ ਬਣੇਗਾ ਕਿ ਅਸੀਂ ਕੋਈ ਉਹਦੇ ਵਿੱਚ। ਸੀਐਮ ਸਾਹਿਬ ਨਾਲ ਜਿਹੜੀ 24 ਦੀ ਚੋਣਾਂ ਨੂੰ ਲੈ ਕੇ ਕੋਈ ਚਰਚਾ ਵਗੈਰਾ ਹੋਈ ਹੈ? ਇਹ ਤਾਂ ਕਿ ਹੁਣ ਚਰਚਾ ਹੋਊਗੀ ਕਿਉਂਕਿ ਹੁਣ ਲਗਾਤਾਰ ਚੋਣ ਪ੍ਰਚਾਰ ਹੋਣਾ, ਆਉਣਗੇ ਇੱਥੇ ਵੀ। ਤੁਸੀਂ ਵੀ ਚੋਣ ਪ੍ਰਚਾਰ 'ਚ ਨਜ਼ਰ ਆਉਂਗੇ? ਹਾਂ, ਨਹੀਂ ਅਸੀਂ ਚੋਣ ਪ੍ਰਚਾਰ ਅੱਗੇ ਨਾ ਕੀਤਾ ਨਾ ਇਸ ਗੱਲ। ਤੇ ਅਗਰ ਗੱਲ ਕੀਤੀ ਜਾਵੇ ਇੱਕ ਕੱਲ ਨਾ ਬੀਜੇਪੀ ਦੀ ਇੱਕ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਆਪਸ ਹੀ ਉਲਝਦੇ ਨਜ਼ਰ ਆਏ ਔਰ ਉਸ ਦੇ ਬਾਅਦ ਇੱਕ ਦੂਸਰੇ ਤੇ ਕੁਰਸੀਆਂ ਵੀ ਚਲਾਈਆਂ ਗਈਆਂ, ਇਹਨੂੰ ਕਿਵੇਂ ਦੇਖ ਰਹੇ? ਇਹੋ ਜਿਹੀਆਂ ਜਿਹੜੀਆਂ ਹੈਗੀਆਂ, ਕਿਉਂਕਿ ਸੱਤਾ ਦੀ ਲੜਾਈ ਆ, ਹਰ ਪਾਰਟੀ ਦੇ ਵਿੱਚ ਜਿਹੜਾ ਹੈਗਾ ਕੁਛ ਨਾ ਕੁਛ ਘਰਾਂ 'ਚ ਪਾਂਡੇ ਖੜਕਦੇ, ਅਸੀਂ ਇਹੋ ਜਿਹੀਆਂ ਟਿੱਪਣੀਆਂ, ਨਾ ਹੀ ਸਾਡੀ ਕੋਈ ਕਰਾਉਤ ਵਧੀਆ। ਤੇ ਆਮ ਆਦਮੀ ਪਾਰਟੀ ਦੀ ਇਸ ਸਮੇਂ ਕਿਵੇਂ ਦੀ ਰਣਨੀਤੀ ਰਹੇਗੀ, ਕਿਉਂਕਿ 13 ਸੀਟਾਂ ਦੇ ਭਗਵੰਤ ਮਾਨ ਹੋਣਾ ਨੇ ਕਿਹਾ ਹੈ ਕਿ ਉਹਨਾਂ ਨੇ ਦਾਅਵਾ ਕੀਤਾ ਕਿ 13-0, ਲੇਕਿਨ ਸਿਆਸੀ ਬਾਕੀ ਪਾਰਟੀਆਂ ਕਹਿ ਰਹੀ, ਵਿਪਕਸ਼ ਕਹਿ ਰਿਹਾ ਹੈ ਕਿ 0-13 ਵੀ ਹੋ ਸਕਦੇ ਨੇ।
ਉਹ ਕੱਲਾ ਹੀ ਨਹੀਂ ਮਾਨ ਸਾਰਿਆਂ ਨੂੰ ਦੁਬੱਲੀ ਫਿਰਦਾ। ਤੁਸੀਂ ਦੇਖਦੇ ਆ ਜਦੋਂ ਤੋਂ ਮੁੱਖ ਮੰਤਰੀ ਬਣੇ ਹੋਇਆ ਉਹ ਹਰ ਜਿਹੜਾ ਹੈਗਾ ਮੌਕੇ ਦੇ ਉੱਤੇ ਵਧੀਆ ਜਿਹੜਾ ਹੈਗਾ ਉਹ ਕੰਮ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਜੋ ਉਹਨਾਂ ਨੇ ਕਿਹਾ ਉਹ ਜ਼ਰੂਰ ਟਾਰਗੇਟ ਪੂਰਾ ਹੋਊਗਾ। ਸੀਐਮ ਸਾਹਿਬ ਨਾਲ ਤੁਸੀਂ ਗੱਲਬਾਤ ਕਰੋਗੇ ਹੁਣ ਵਾਤਾਵਰਨ ਨੂੰ ਲੈ ਕੇ, ਕਿਉਂਕਿ 2 ਸਾਲ ਹੋ ਗਏ ਨੇ ਸਰਕਾਰ ਨੂੰ, ਲੇਕਿਨ ਸਰਕਾਰ ਵੱਲੋਂ ਹਜੇ ਤੱਕ ਕਿੱਦਾਂ ਦੇ ਉਪਰਾਲੇ ਕੀਤੇ? ਤਾਂ ਲਗਾਤਾਰ ਕਰ ਰਹੇ ਆ, ਤੁਹਾਨੂੰ ਇਹ ਦੱਸਿਆ ਨਹੀਂ ਇਹ ਜਿਹੜੇ ਕੰਮ ਹੋਏ ਆ ਮੁੱਖ ਮੰਤਰੀ ਦੇ ਧਿਆਨ ਤੋਂ ਬਿਨਾ, ਉਹਨਾਂ ਤੋਂ ਬਿਨਾ ਥੋੜਾ ਹੋ ਸਕਦੇ। ਸਾਰੇ ਨੀਂਹ ਪੱਥਰ ਉਹ ਰੱਖ ਕੇ ਗਏ, ਕੰਮ ਤਾਂ ਸਰਕਾਰ ਨੇ ਕਰਨਾ ਹੁੰਦਾ ਕਿ ਅਸੀਂ ਤਾਂ ਮੁੱਦੇ ਉਠਾਉਂਦੇ ਹਾਂ ਤੇ ਜਦੋਂ ਜਿਹੜੇ ਹੈਗੇ ਆ ਨਹੀਂ ਵੋਟਾਂ ਸੀ ਉਦੋਂ ਵੀ ਉਠਾਉਂਦੇ ਰਹੇ, ਇੱਥੇ ਹੁਣ ਵੀ ਮਿਲ ਕੇ ਗਏ ਮੁੱਦੇ ਸਾਰੇ। ਸਰ ਆਪ ਜਲੰਧਰ ਜ਼ਿਲ੍ਹੇ ਤੋਂ ਸੰਬੰਧਿਤ ਹੋ, ਠੀਕ ਹੈ, ਉਹ ਤੁਹਾਨੂੰ ਪਤਾ ਕਿ ਏਰੀਆ ਕਿਵੇਂ ਦਾ ਬਣ ਚੁੱਕਿਆ, ਆਪ ਦੀ ਦੱਸ ਰਹੇ ਸੰਵੇਦਨਸ਼ੀਲ ਏਰੀਆ ਬਣ ਚੁੱਕਿਆ ਤੇ ਸੀਐਮ ਸਾਹਿਬ ਜਾਂ ਸਰਕਾਰ ਕੀ ਕਰ ਰਹੀ ਨੇ? ਹੁਣ ਇਹਦੇ ਉੱਤੇ ਜੋ ਕੁਛ ਵੀ ਜਿਹੜਾ ਗਲੋਬਲ ਵਾਰਮਿੰਗ ਦਾ ਅਸਰ ਆ, ਕੋਈ ਇੱਕ ਪਿੰਡ ਉੱਤੇ ਨਿਗਾ, ਇਹ ਤਾਂ ਗਲੋਬਲੀ ਅਸਰ ਆ। ਉਹਦੇ ਵਾਸਤੇ ਸਾਰੀ ਜਿਹੜੇ ਕਹਿੰਦੇ ਨਾ ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕਹੀਏ, ਅਸੀਂ ਜਿੱਥੇ ਵੀ ਰਹਿ ਰਹੇ ਹਾਂ ਜਿੱਥੇ ਵੀ ਬਹਿ ਰਹੇ ਹਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਅਸੀਂ ਜੇਕਰ ਸਾਰੇ ਜਾਗਾਂਗੇ ਤੇ ਫਿਰ ਹੀ ਜਿਹੜਾ ਹੈਗਾ ਇਹ ਗਲੋਬਲ ਵਾਰਮਿੰਗ ਕਿਸੇ ਇੱਕ ਬੰਦੇ ਦੇ ਜਿਹੜੇ ਹੈਗੇ ਆ ਗਲਤੀਆਂ ਕਰਕੇ ਪੈਦਾ ਨਹੀਂ ਹੋਈ ਤੇ ਇੱਕ ਦੇ ਯਤਨਾਂ ਨਾਲ ਨਹੀਂ ਹੋ ਸਕਦੀ, ਪਰ ਇੱਕ ਇੱਕ ਜੁੜੂਗਾ ਤੇ ਸਾਰਾ ਕੁਛ ਹੋ ਜੂਗਾ। ਆਮ ਆਦਮੀ ਪਾਰਟੀ ਨੇ ਚੋਣ ਮਨੋਰਥ ਪੱਤਰ ਜਾਰੀ ਕਰਨਾ ਹੈਗਾ ਆ, ਉਹਦੇ ਵਿੱਚ ਕੀ ਇਹ ਸੁਝਾਅ ਲਿਆਉਂਗੇ ਤੁਸੀਂ? ਅਸੀਂ ਬੇਨਤੀ ਕਰਾਂਗੇ ਕਿ ਇਹਨਾਂ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਐਨਵਾਇਰਮੈਂਟ ਨੂੰ ਸ਼ਾਮਲ ਕਰੋ। ਬਿਲਕੁਲ। ਸੋ ਇਹ ਸੰਤ ਸਿੱਚੇਵਾਲ ਹੋਣੀ ਜਿਨ੍ਹਾਂ ਨੇ ਦੱਸਿਆ ਕਿ ਵਾਤਾਵਰਨ ਤੇ ਜਿਹੜੀ ਹਵਾ ਜ਼ਹਿਰੀਲੀ ਹੋ ਚੁੱਕੀ ਹੈ ਉਸ ਨੂੰ ਲੈ ਕੇ ਉਹ ਸੀਐਮ ਸਾਹਿਬ ਨਾਲ ਵੀ ਗੱਲ ਕਰਨਗੇ, ਸਰਕਾਰ ਨਾਲ ਵੀ ਗੱਲ ਕਰਨਗੇ ਔਰ ਕੇਂਦਰ ਸਰਕਾਰ ਤੱਕ ਵੀ ਜਿਹੜੀ ਇਹ ਜਾਣਕਾਰੀ ਰਿਪੋਰਟ ਹੈ ਉਹ ਪਹੁੰਚਾਉਣਗੇ। ਔਰ ਉਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਅਸੀਂ ਸੰਤ ਸਮਾਜ ਦੇ ਲੋਕ ਹੈ ਔਰ ਅਸੀਂ ਆਪਣੀ ਜਿਹੜੀ ਪ੍ਰੋਫਾਈਲ ਪਿਕ ਚੇਂਜ ਨਹੀਂ ਕਰਦੇ ਹਾਂ, ਹਾਂ ਅਸੀਂ ਪਾਰਟੀ ਨਾਲ ਅਗਰ ਜੁੜੇ ਹੋਏ ਹਾਂ ਤੇ ਜ਼ਰੂਰ ਜੁੜੇ ਰਵਾਂਗੇ ਔਰ ਪਾਰਟੀ ਜੋ ਵੀ ਕਹੇਗੀ ਉਹ ਅਸੀਂ ਕਰਾਂਗੇ, ਲੇਕਿਨ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਵੱਲੋਂ ਇੱਕ ਲੋਕਾਂ ਦਾ ਚੋਣ ਮਨੋਰਥ ਪੱਤਰ ਜਿਹੜਾ ਜਾਰੀ ਕੀਤਾ ਗਿਆ ਹੈ ਔਰ ਰੰਗਲੇ ਪੰਜਾਬ ਦੀ ਗੱਲ ਕੀਤੀ ਗਈ ਹੈ ਕਿ ਆਖਿਰਕਾਰ ਅਗਰ ਇਹਨਾਂ ਦੇ ਵੀ ਉਮੀਦਵਾਰ ਅਗਰ ਜਾਂਦੇ ਨੇ ਲੋਕਾਂ ਤੋਂ ਵੋਟਾਂ ਮੰਗਣ ਕਿ ਲੋਕ ਉਹਨਾਂ ਤੋਂ ਸਵਾਲ ਕਰਨਗੇ, ਇਹ ਆਉਣ ਵਾਲਾ ਇੱਕ ਜਿਹੜਾ ਵਿਸ਼ੇ ਰਹੇਗਾ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ। ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ, ਜਲੰਧਰ।